ਸਾਡੇ ਜਿਹੜੇ ਬਹੁਤ ਹੀ ਮਾੜੀ ਘਟਨਾ ਹੋਈ ਹੈ, ਜਿਹੜੀ ਅੰਮ੍ਰਿਤਪਾਲ ਦੀ ਅੱਜ ਮੌਤ ਹੋਈ ਹੈ। ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਅਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ, ਦੋ ਭੈਣਾਂ ਦਾ ਭਰਾ ਸੀਗਾ। ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ, ਅਤੇ ਮਸਾਂ ਪਾਲਿਆ ਸੀ, ਅਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ, ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਇਸ ਗੱਲ ਦਾ। ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ? ਪਰਿਵਾਰ 'ਚ ਦੋ ਭੈਣਾਂ ਇਹਦੀਆਂ, ਅਤੇ ਇਹਦੀ ਮਾਤਾ ਅਤੇ ਦਾਦਾ ਅਤੇ ਬੇਟਾ ਸੀਗਾ ਅਤੇ ਦਾਦੀ ਹੈ। ਮੰਗ ਕੀ ਕਰਦੇ? ਅਸੀਂ ਤਾਂ ਮੰਗ ਇਹੀ ਕਰਦੇ ਹਾਂ ਵੀ ਟੂਲ ਵਾਲਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ, ਅਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ, ਅਤੇ ਪਰਿਵਾਰ ਨੂੰ ਇਨਸਾਫ ਮਿਲੇ, ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਾਟਾ ਪਿਆ, ਅਤੇ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ। ਇਹ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਹੈ, ਇਹੋ ਜਿਹੀਆਂ ਘਟਨਾ ਨਿੱਤ ਦਿਨ ਹੁੰਦੀਆਂ, ਕਿਤੇ ਵਾਰਾ ਪਸ਼ੂਆਂ ਨਾਲ ਅਤੇ ਕਿਤੇ ਇਹੋ ਜਿਹੇ ਘਟਨਾ ਸੜਕਾਂ ਦੀ ਮਾੜੀ ਹਾਲਤ ਕਰਕੇ, ਇਹ ਜਿਹੜਾ ਨੁਕਸਾਨ ਹੋ ਰਿਹਾ ਪਰਿਵਾਰਾਂ ਦਾ, ਇਹ ਕਾਹ ਤੋਂ ਨਾ ਹੋਵੇ। ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਵਾਰ ਵਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ, ਪਹਿਲੀ ਗੱਲ ਤਾਂ ਇੱਥੇ ਇਹ ਸੰਭਵ ਨਹੀਂ, ਫਿਰ ਹਜੇ ਜੇ ਇੱਥੇ ਕੋਈ ਤਿਆਰੀ ਨਹੀਂ, ਇੰਨਾ ਕੁਛ ਇੱਥੇ ਕਰਨ ਦੀ ਕੀ ਲੋੜ ਆ? ਇੱਥੇ ਬੰਪ ਲਾਏ ਪਏ ਆ, ਮੂਹਰੇ ਬੈਰੀਕੇਡ ਲਾਏ ਪਏ ਆ, ਧੁੰਦ 'ਚ ਰਾਤ ਨੂੰ ਡਰਾਈਵਰਾਂ ਨੂੰ ਦਿਸ ਨਹੀਂ ਰਿਹਾ। ਆਹ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ, ਇੱਕ ਲੌਤਾ ਪੁੱਤ ਮਾਪਿਆਂ ਦਾ, ਜਿਹਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ, ਉਹਦੀ ਰਾਤ ਇੱਥੇ ਡੈਥ ਹੋ ਗਈ। ਇਕੱਲਾ ਮੁੰਡਾ ਸੀ ਮਾਪਿਆਂ ਦਾ, ਦੋ ਭੈਣਾਂ ਦਾ ਭਰਾ ਸੀ, ਮਾਂ ਸੀ, ਪਿਓ ਸਿਰ 'ਤੇ ਨਹੀਂ ਜ਼ਿੰਮੇਵਾਰੀ। ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ, ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ, ਇੱਥੇ ਆਮ ਬੰਦੇ ਦੀ ਜਾਨ ਨੂੰ ਜਾਣ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ। ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ 'ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ ਦਫਾ ਕੀਤਾ ਜਾਂਦਾ, ਅਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ। ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮੁਆਵਜ਼ਾ ਮਿਲਣਾ ਚਾਹੀਦਾ, ਅਤੇ ਜਿਹੜਾ ਟੋਲ ਬਣ ਰਿਹਾ ਹੈ, ਗਲਤ ਬਣ ਰਿਹਾ, ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ। ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ, ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ, ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਭ ਗਏ ਵੀ ਇੱਥੇ ਰੋਜ਼ ਆਹ ਪਿਛਲੇ 10 ਦਿਨਾਂ 'ਚ ਇੱਥੇ ਘੱਟੋ ਘੱਟ 30 ਐਕਸੀਡੈਂਟ ਹੋਏ ਆ, ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂ ਹੈ। ਸੋ ਪ੍ਰਸ਼ਾਸਨ ਦੇ ਸਿਰ 'ਤੇ ਕੋਈ ਜੂ ਨਹੀਂ ਸਰਕ ਰਹੀ ਇਸ ਵਕਤ। ਮੈਂ ਇਹੀ ਬੇਨਤੀ ਕਰਦਾ, ਅਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ, ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਅਤੇ ਪ੍ਰਸ਼ਾਸਨ। ਮੈਂ ਤਾਂ ਪਹਿਲਾਂ ਹੀ ਪੰਚਾਇਤ ਯੂਨੀਅਨ ਵੱਲੋਂ ਵੀ ਅਸੀਂ ਲੰਮੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਹਾਂ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ। ਆਹ 2 ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਟੁੱਟਿਆ, ਉਦੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ, 2 ਵੀਰਾਂ ਦੀਆਂ ਇੱਥੇ ਲੱਤਾਂ ਬਾਹਾਂ ਟੁੱਟ ਗਈਆਂ। ਅੱਜ ਬੜਾ ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਆ, ਜਿਹੜੇ ਵੀਰ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਕੋਟ ਭਾਈਆਣਾ, ਉਹਦੇ ਉੱਥੋਂ ਦਾ ਮੁੰਡੇ ਨੇ ਅੰਮ੍ਰਿਤਪਾਲ ਨੇ ਬਾਹਰ ਜਾਣਾ ਸੀ 21 ਸਾਲ ਦੀ ਉਮਰ ਆ। ਰਾਤ ਬੜਾ ਭਿਆਨਕ ਹਾਦਸਾ ਹੋਇਆ, ਦੇਖੋ ਕਿਵੇਂ ਗੱਡੀ ਟੁੱਟੀ ਪਈ ਆ, ਇੱਕ ਮੁੰਡੇ ਦੀ ਮੌਤ ਹੋ ਗਈ, ਦੂਜੇ ਨੌਜਵਾਨ ਨੂੰ DMC ਲੈ ਕੇ ਗਏ ਹੋਇਆ। ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਟੋਲ ਪਲਾਜ਼ੇ ਬੰਦ ਦੀ ਜਿਹੜੀ ਡੇਟ ਆ ਜਾਂਦੀ ਆ ਬੰਦ ਹੋਣ ਦੀ, ਉਦੋਂ ਤਾਂ ਤੁਸੀਂ ਜਾ ਕੇ ਲਾਈਵ ਹੋ ਜਾਂਦੇ ਉੱਥੇ ਵੀ ਅਸੀਂ ਟੋਲ ਪਲਾਜ਼ਾ ਚੁਕਾਤਾ। ਆਹ ਤੁਸੀਂ ਸ਼ਰੇਆਮ ਜਿਹੜੀਆਂ ਕੰਧਾਂ ਕੱਢੀਆਂ ਨੇ, ਕੰਧਾਂ ਕੱਢ ਕੇ ਸ਼ਰੇਆਮ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ। ਕਿੱਥੇ ਆ ਪ੍ਰਸ਼ਾਸਨ ਅੱਜ? ਅਸੀਂ ਬੇਨਤੀਆਂ ਕਰ ਰਹੇ ਹਾਂ, ਉਸ ਦਿਨ ਐਕਸੀ ਸਾਹਿਬ ਆਏ ਸੀ ਇੱਥੇ, ਚੈੱਕ ਕਰਕੇ ਸਾਨੂੰ ਭਰੋਸਾ ਦਵਾ ਕੇ ਚਲੇ ਗਏ ਕਿ 2 ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋਜੂਗਾ। ਇੱਥੇ ਕੋਈ 2 ਦਿਨ ਨਾ ਕੋਈ ਲਾਈਟਿੰਗ ਇੱਥੇ ਨਹੀਂ, ਕੋਈ ਇੱਥੇ ਹੋਰ ਜਿਹੜਾ ਪ੍ਰਬੰਧ ਇਹਨਾਂ ਦੀ, ਕੋਈ ਗੱਡੀ ਐਂਬੂਲੈਂਸ ਕੋਈ ਗੱਡੀ ਇੱਥੇ ਨਹੀਂ, ਮੁਲਾਜ਼ਮ ਇਹਨਾਂ ਦਾ ਇੱਥੇ ਨਹੀਂ। ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਗਾ, ਇਹ ਕੰਧਾਂ ਕਾਹਦੀ ਖਾਤਰ ਕੱਢੀਆਂ ਨੇ ਜਦੋਂ ਇੱਥੇ ਕੋਈ ਹੈ ਹੀ ਨਹੀਂਗਾ? ਕਿਉਂ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ? ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜਾ ਬੰਦੇ ਮੁੰਡੇ ਦੀ ਮੌਤ ਹੋਈ ਆ, ਕੀ ਤੁਸੀਂ ਉਹਦੀ ਮਾਂ ਨੂੰ ਤੁਸੀਂ ਪੁੱਤ ਮਿਲਾ ਸਕਦੇ ਹੋ? ਤੁਸੀਂ ਬਦਲਾਅ ਦੇ ਨਾਂ 'ਤੇ ਸਰਕਾਰ ਲੈ ਆਉਂਦੀ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਾਂਗੇ, ਆਹ ਦੇਖੋ 21 ਸਾਲ ਦਾ ਨੌਜਵਾਨ ਕਿਸੇ ਮਾਂ ਦਾ ਮਰ ਗਿਆ, ਕੀ ਵਾਪਸ ਲਿਆਂਦਾ ਜਾ ਸਕਦਾ ਗਾ? ਮੈਂ ਤੁਹਾਡੇ ਜ਼ਰੀਏ ਬੇਨਤੀ ਇਹੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਓ, ਇਹ ਟੋਲ ਪਲਾਜ਼ਾ ਚੁਕਾਓ, ਅਤੇ ਇੱਥੇ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਮੈਂ ਸਮਝੂੰਗਾ ਵੀ ਇਹ ਸਾਡੀ ਸਰਕਾਰ ਕਤਲ ਕਰਾ ਰਹੀ ਹੈ ਇੱਥੇ, ਜਿਹੜਾ ਵਕਤ ਟੋਲ ਪਲਾਜ਼ਾ ਬਣ ਰਿਹਾ।
ਇਹ ਜ਼ਿੰਮੇਵਾਰੀ ਹੁਣ ਜਾਂ ਤਾਂ ਪ੍ਰਸ਼ਾਸਨ ਲਵੇ ਇੱਥੋਂ ਦਾ, ਰੋਜ਼ ਇੱਥੇ ਗੱਡੀਆਂ ਦੇ ਐਕਸੀਡੈਂਟ ਹੋ ਰਹੇ। ਤੁਸੀਂ ਇਹ ਦੇਖੋ ਯਾਰ, ਇੰਨੀ ਧੱਕੇ ਸਾਹੀ ਪੈਸੇ ਕਮਾਉਣ ਦਾ, ਐਡੀ ਤੇਜ਼ੀ ਇਹਨਾਂ ਨੂੰ, ਕੋਈ ਇੱਥੇ ਰਿਫਲੈਕਟਿੰਗ ਨਹੀਂ ਕਰੀ, ਕੋਈ ਲਾਈਟਾਂ ਨਹੀਂ ਲਾਈਆਂ, ਕੰਧਾਂ ਖੜਤੀਆਂ। ਹੁਣ ਅਗਲਾ 100 ਦੀ ਸਪੀਡ 'ਤੇ ਨੋਰਮਲ ਆਉਂਦਾ, ਉਹਨੂੰ ਰਾਤ ਨੂੰ ਕੰਧ ਕਦੋਂ ਦਿੰਦੀ ਆ? ਆਹ ਆਂਢੀ ਗੁਆਂਢੀ ਕਹਿੰਦੇ ਰੋਜ਼ ਇੱਥੇ ਪਟਾਕੇ ਖੜਾਕ ਖੜਾਕ ਹੁੰਦੀ ਆ। ਆਹ ਤਾਂ ਜਿਹੜੇ ਸੜਕ ਦੇ ਵਿੱਚ ਮਰ ਰਹੇ ਆ, ਗਿਣਤੀ ਨਹੀਂ ਗਈ, ਕੋਈ ਅੰਕੜੇ ਨਹੀਂ ਗਏ ਰੋਜ਼ ਦੀਆਂ ਫਿਕਰਾਂ ਕਿੰਨੀਆਂ ਨੇ। ਸੋ ਇੱਥੇ ਰਾਤ ਵੀ ਇੱਕ ਇਕਲੌਤਾ 19 ਸਾਲਾਂ ਦਾ ਕਿਸੇ ਮਾਪਿਆਂ ਦਾ ਅੱਖਾਂ ਦਾ ਤਾਰਾ ਮਰਿਆ ਗਿਆ, ਪਹਿਲਾਂ ਉਹਦੇ ਪਿਓ ਦੀ ਡੈਥ ਹੋਈ ਆ, ਅਤੇ ਇਹਦਾ ਜ਼ਿੰਮੇਵਾਰ ਕੌਣ ਆ? ਚੱਕ ਕੇ ਇਹ ਗੱਡੀ ਇੰਨੀ ਫਾਸਟ, ਇਹਨਾਂ ਦਾ ਕੰਮ ਫਿਰ ਚੱਕ ਕੇ ਗੱਡੀ ਨੂੰ ਲੁਕਾਉਂਦੇ ਆ, ਪਰੇ ਕਰਦੇ ਆ। ਸੋ ਅਸੀਂ ਕਾਲਡੇ ਸਾਹਿਬ ਦਾ ਚ ਨਿੰਦਾ ਕਰਦੇ ਹਾਂ, ਆਹ ਜਿਹੜੀਆਂ ਕੰਧਾਂ ਦੀਆਂ ਢਾਲਣ ਆਪਦੀਆਂ ਸੀ, ਨਹੀਂ ਪਰ ਇੱਥੇ ਲੋਕਾਂ ਨੂੰ ਕਹੋਗੇ, ਲੋਕ ਆਪ ਮਾਰਿਆ ਕਿ ਕੰਧਾਂ ਢਾ ਕੇ ਇੱਥੇ ਪਰੇ ਮਾਰਾਂਗੇ ਅਸੀਂ ਇਹਨਾਂ ਦੀ, ਅਤੇ ਇੱਥੇ ਅਸੀਂ ਨਹੀਂ ਮਰਦੇ, ਲੋਕਾਂ ਨੂੰ ਦੇਖ ਸਕਦੇ ਆਪਦੇ ਪੰਜਾਬੀਆਂ ਨੂੰ ਇੱਥੇ। ਕੋਈ ਇੱਥੇ ਲਾਈਟਿੰਗ ਨਹੀਂ, ਮਤਲਬ ਟੂਲ ਪਲਾਜ਼ੇ 'ਤੇ ਕੋਈ ਇੰਡੀਕੇਸ਼ਨ ਕੋਈ ਨਹੀਂ, ਸੜਕ ਦੇ ਵਿਚਾਲ ਕੰਧਾਂ ਕੱਢੀਆਂ ਹੋਈਆਂ ਨੇ, ਅਤੇ ਜਦ ਵੀ ਕੋਈ ਸੜਕ ਚੰਗੀ ਆ, ਥੋੜ੍ਹਾ ਬਹੁਤਾ ਓਵਰ ਸਪੀਡ ਬੰਦਾ ਆਉਂਦਾ, ਤਾਂ ਮੈਂ ਕਹਿੰਦਾ ਲਿਮਿਟ ਸਪੀਡ ਦੀ ਲਿਮਿਟ ਵੀ ਹੋਵੇ, ਤਾਂ ਵੀ ਇਸ ਗੱਲ ਦਾ ਇਹਨੂੰ ਕੋਈ ਪਤਾ ਨਹੀਂ ਚੱਲਦਾ ਰਾਤ ਬਰਾਤੇ, ਤਾਂ ਜਿਹੜੇ ਹਾਦਸਿਆਂ ਨੂੰ ਅੰਜਾਮ ਦੇ ਰਿਹਾ ਟੂਲ ਪਲਾਜ਼ਾ, ਇਹਨੂੰ ਤੁਰੰਤ ਇਹਦਾ ਕੋਈ ਹੱਲ ਹੋਣਾ ਚਾਹੀਦਾ। ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਜੀ ਅਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ, ਅਤੇ ਰਸਤੇ 'ਚ ਜਿੱਥੇ ਟੂਲ ਪਲਾਜ਼ਾ ਨਵਾਂ ਬਣ ਰਿਹਾ, ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਟੂਲ ਪਲਾਜ਼ਾ ਜਿਹੜਾ ਲੱਗ ਰਿਹਾ ਉਹਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਇਹਦੀ ਮੌਤ ਹੋ ਗਈ ਆ, ਅਤੇ ਇੱਕ ਇਹਦੇ ਵਿੱਚ ਜਸ਼ੀਰ ਸਿੰਘ ਆ ਜਿਹੜਾ ਉਹ ਇੰਜਰਡ ਹੈ। ਸਰ ਕਿਹੜੀ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਹੈ ਜੀ? ਮਾਮਲਾ ਦਰਜ ਕੀਤਾ ਹੈ ਸਰ, ਬਹੁਤ ਪਰਿਵਾਰਕ ਮੈਂਬਰ ਆ ਗਿਆ ਜੀ, ਬਿਆਨ ਲਿਖੇ ਜਾ ਰਹੇ ਆ। ਇਹ ਜਿਹੜਾ ਹਾਦਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਅਤੇ ਅਚਾਨਕ ਵਾਪਰਿਆ, ਉਹਦੇ ਆਧਾਰ 'ਤੇ 176 CRPC ਤਹਿਤ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।